ਅਸਲ ਚ ਬੀਜੇਪੀ ਚ ਰਿਹਾ ਕੁਛ ਨਹੀਂ, ਬੀਜੇਪੀ ਓਰੀਜਨਲ ਤਾਂ ਰਹੀ ਨਹੀਂ, ਹੁਣ ਤਾਂ ਇਹ ਹਾਈਬ੍ਰਿਡ ਜੀ ਬਣ ਗਈ। ਇਹਦੇ ਵਿੱਚ ਕਾਂਗਰਸੀ ਵੀ ਨੇ, ਇਹਦੇ ਚ ਅਕਾਲੀ ਵੀ ਨੇ, ਇਹਦੇ ਚ ਆਮ ਆਦਮੀ ਪਾਰਟੀ ਵਾਲੇ ਵੀ ਨੇ। ਹਾਲੇ ਉਹਨਾਂ ਦਾ ਆਪੋ ਵਿੱਚ ਇੱਕ ਦੂਜੇ ਦੇ ਨਾਲ ਰਾਬਤਾ ਵੀ ਨਹੀਂ, ਸੁਭਾਅ ਵੀ ਨਹੀਂ ਮਿਲਿਆ, ਅੱਡੋ ਅੱਡ ਰਾਗ ਲਾਪਦੇ ਨੇ ਸਾਰੇ। ਤੇ ਇੱਥੇ ਬੈਠ ਕੇ ਜਿਹੜੇ ਅਸੀਂ 11 ਸਵਾਲ ਕੀਤੇ ਸੀ ਉਹਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ। ਜਾਖੜ ਸਾਹਿਬ ਵਾਸਤੇ ਉਹ ਤਾਜ਼ੇ ਤਾਜ਼ੇ ਹੁਣ ਭਾਜਪਾ ਹੀ ਬਣੇ ਨੇ, ਉਹਨਾਂ ਨੂੰ ਬੋਲੀ ਉਹਨਾਂ ਦੀ ਬੋਲਣੀ ਪੈ ਰਹੀ ਹੈ। ਜਿਹੜੀ ਖਾਨਦਾਨੀ ਬੋਲੀ ਉਹਨਾਂ ਦੀ ਸੀ ਕਾਂਗਰਸੀਆਂ ਵਾਲੀ ਸੀ, ਪਿਓ ਵੀ ਕਾਂਗਰਸ, ਉਹ ਵੀ ਕਾਂਗਰਸ, ਭਤੀਜਾ ਵੀ ਕਾਂਗਰਸ, ਇੱਕਦਮ ਉਹ ਸ਼ਿਫਟ ਕਰ ਗਏ ਲੋਇਲਟੀ। ਅਤੇ ਫਿਰ ਉਹਨਾਂ ਨੂੰ ਹੁਣ ਉਹਨਾਂ ਦੀ ਬੋਲੀ ਬੋਲਣ ਵਾਸਤੇ ਜਿਹੜਾ ਤਾਜ਼ਾ ਮੁਸਲਮਾਨ ਬਣਦਾ ਉਹ ਫਿਰ ਬਹੁਤ ਉੱਚੀਆਂ ਵਾਂਗਾਂ ਦਿੰਦਾ। 53 ਸਾਲ ਹੋ ਗਏ ਅੰਦੋਲਨ ਲੜਦਿਆਂ ਨੂੰ, ਸਾਰੇ ਅੰਦੋਲਨ ਸਫਲਤਾ ਨਾਲ ਲੜੇ ਨੇ, ਕਦੇ ਵਾਇਲੈਂਟ ਨਹੀਂ ਹੋਏ, ਟਰੈਕ ਰਿਕਾਰਡ ਹੈ। ਅਤੇ ਜਾਖੜ ਸਾਹਿਬ ਤਾਂ ਉਦੋਂ ਛੋਟੇ ਜਿਹੇ ਹੁੰਦੇ ਸੀ, ਵੱਡੇ ਜਾਖੜ ਸਾਹਿਬ ਵੇਲੇ ਵੀ ਅਸੀਂ ਅੰਦੋਲਨ ਕਰਦੇ ਰਹੇ ਹਾਂ, ਅਤੇ ਅੱਜ ਇਹ ਸਾਡੇ 'ਤੇ ਇਲਜ਼ਾਮ ਲਾਉਣਗੇ ਜਿਹੜੇ ਖੁਦ ਪੈਸੇ ਇਕੱਠੇ ਕਰਦੇ ਆ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ, ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਰਾਜੇਵਾਲ ਸਾਹਿਬ, 2 ਦਿਨ ਪਹਿਲਾਂ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਕਿਸਾਨਾਂ 'ਤੇ ਨਿਸ਼ਾਨਾ ਸਾਧਿਆ ਸੀਗਾ ਕਿ MSP ਦੀ ਗਰੰਟੀ ਨੂੰ ਲੈ ਕੇ ਜਾਂ ਫਿਰ ਇੱਕ ਪਾਰਟੀ 'ਚ ਹੋ ਜਾਣ, ਇਸ ਤਰ੍ਹਾਂ ਦੇ ਜਿਹੜੇ ਹੈਗੇ ਗੱਲ ਕੀਤੀ ਗਈ ਸੀ। ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦਾ ਜਵਾਬ ਦੇ ਰਹੇ ਹੋ ਅਤੇ 11 ਕੁਐਸਚਨ ਜਿਹੜੇ ਤੁਸੀਂ ਪੁੱਛ ਰਹੇ ਹੋ, ਉਹ 11 ਕੁਐਸਚਨ ਕੀ ਨੇ ਅਤੇ ਤੁਹਾਡੀ ਕਿਸ ਤਰ੍ਹਾਂ ਦੀ ਰਣਨੀਤੀ? ਇਸ ਤਰ੍ਹਾਂ ਅਸੀਂ ਚੋਣਾਂ ਤੋਂ ਬਾਅਦ, ਕਿਉਂਕਿ ਕੇਂਦਰ ਵਿੱਚ BJP ਦੀ ਹਕੂਮਤ ਸੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਦੋਹਾਂ ਲਈ ਅਸੀਂ 11-11 ਸਵਾਲ ਜਾਰੀ ਕੀਤੇ ਹੋਏ ਨੇ। ਉਹਨਾਂ ਦਾ ਜਵਾਬ ਸਾਡੇ ਜਿਹੜੇ ਵਰਕਰਸ ਨੇ ਉਹ ਫੀਲਡ ਵਿੱਚ ਸਾਰੇ ਕੈਂਡੀਡੇਟਸ ਤੋਂ ਮੰਗ ਰਹੇ ਨੇ। ਔਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹਾਂਗਾ, ਵੀ ਜਾਖੜ ਸਾਹਿਬ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ। 2017 ਦੀ 17 ਫਰਵਰੀ ਨੂੰ ਐਸੇ ਜਗ੍ਹਾ 'ਤੇ ਇੱਕ ਆਲ ਪਾਰਟੀ ਮੀਟਿੰਗ ਸੀ ਜਿਹਦੇ ਵਿੱਚ ਉਹ 3 ਕਾਨੂੰਨਾਂ ਦੀ ਗੱਲ ਸੀ, ਔਰ ਉਦੋਂ ਜਾਖੜ ਸਾਹਿਬ ਨੇ ਕਿਹਾ ਸੀ ਵੀ ਪੋਲੀਟੀਕਲ ਲਾਈਨ ਤੋਂ ਉੱਪਰ ਉੱਠ ਕੇ ਮੈਂ ਸਾਰੀਆਂ ਪਾਰਟੀਆਂ ਨੂੰ ਰਿਕੁਐਸਟ ਕਰਦਾ, ਜੇ ਇਹ 3 ਕਾਨੂੰਨਾਂ ਦਾ ਇਕੱਠੇ ਹੋ ਕੇ ਵਿਰੋਧ ਨਾ ਕੀਤਾ ਘੱਟੋ ਘੱਟ ਪੰਜਾਬ ਬਰਬਾਦ ਹੋ ਜਾਏਗਾ। ਅਤੇ ਹੁਣ ਅੱਜ ਉਹ BJP 'ਚ ਆ ਗਏ, ਅੱਜ ਉਹ BJP ਦੀ ਬੋਲੀ ਬੋਲਦੇ ਨੇ। ਅਸਲ 'ਚ BJP 'ਚ ਰਿਹਾ ਕੁਛ ਨਹੀਂ, BJP ਓਰੀਜਨਲ ਤਾਂ ਰਹੀ ਨਹੀਂ, ਹੁਣ ਤਾਂ ਇਹ ਹਾਈਬ੍ਰਿਡ ਜੀ ਬਣ ਗਈ। ਇਹਦੇ ਵਿੱਚ ਕਾਂਗਰਸੀ ਵੀ ਨੇ, ਇਹਦੇ 'ਚ ਅਕਾਲੀ ਵੀ ਨੇ, ਇਹਦੇ 'ਚ ਆਮ ਆਦਮੀ ਪਾਰਟੀ ਵਾਲੇ ਵੀ ਨੇ। ਹਾਲੇ ਉਹਨਾਂ ਦਾ ਆਪੋ ਵਿੱਚ ਇੱਕ ਦੂਜੇ ਨਾਲ ਰਾਬਤਾ ਵੀ ਨਹੀਂ, ਸੁਭਾਅ ਵੀ ਨਹੀਂ ਮਿਲਿਆ, ਅੱਡੋ ਅੱਡ ਰਾਗ ਲਾਪਦੇ ਨੇ ਸਾਰੇ। ਅਤੇ ਇੱਥੇ ਬੈਠ ਕੇ ਜਿਹੜੇ ਅਸੀਂ 11 ਸਵਾਲ ਕੀਤੇ ਸੀ ਉਹਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ। ਉਹ ਜੋ ਕਹਿੰਦੇ ਨੇ ਮੈਂ ਉਹਦਾ ਜਵਾਬ ਦੇਣ ਲੱਗਿਆ। ਉਹ ਕਹਿੰਦੇ ਨੇ ਜੀ ਅਸੀਂ ਆਏ ਸੀਗੇ 2014 ਦੇ ਵਿੱਚ, ਉਦੋਂ ਕਣਕ ਅਤੇ ਝੋਨਾ 32,000 ਕਰੋੜ ਦਾ ਸੀ, ਅਤੇ ਹੁਣ 2024 'ਚ ਉਹ 70,000 ਕਰੋੜ ਦਾ ਵਿਕਿਆ, ਦੁੱਗਣੀ ਆਮਦਨ ਕਰਤੀ। ਉਹ ਇਹ ਨਹੀਂ ਦੱਸਦੇ ਵੀ ਕੋਸਟ ਆਫ ਕਲਟੀਵੇਸ਼ਨ ਕਿੰਨੀ ਵੱਧ ਗਈ, ਉਹਦਾ ਜ਼ਿਕਰ ਨਹੀਂ ਕਰਦੇ। ਮੈਂ ਪੁੱਛਦਾ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ C2+50% ਦਾ ਫਾਰਮੂਲਾ ਲਾਗੂ ਕਰਕੇ ਪਾ ਦੇਵਾਂਗੇ। ਉਹਨਾਂ ਨੇ A2+FL ਦੇ ਮੁਤਾਬਕ ਕਿਉਂ ਦਿੱਤਾ? ਇਹ ਸਾਰੇ ਭਾਅ A2+FL ਮੁਤਾਬਕ ਸੀ। ਜੇ ਮੈਂ ਐਸੇ ਸਾਲ ਦੀ ਗੱਲ ਕਰਾਂ ਤਾਂ ਸਾਡੀ C2+50% ਨਾਲ 73,000 ਕਰੋੜ ਦੀ ਫਸਲ ਬਣਦੀ ਸੀ, ਸਾਡਾ ਤਾਂ 3,000 ਕਰੋੜ ਲੁੱਟ ਕੇ ਲੈ ਗਏ, ਅਤੇ ਉਹਦਾ ਜ਼ਿਕਰ ਉਹ ਕਿਉਂ ਨਹੀਂ ਕਰਦੇ? ਔਰ ਹਰ ਸਾਲ ਇੱਦਾਂ ਹੁੰਦਾ ਰਿਹਾ। ਇਹੀ ਨਹੀਂ, ਮੈਂ ਪੁੱਛਦਾ ਉਹਨਾਂ ਨੂੰ ਵੀ ਤੁਹਾਡੇ ਆਉਣ ਤੋਂ ਪਹਿਲਾਂ 2014 ਦੇ ਵਿੱਚ ਮਾਰਚ 2014 'ਚ ਡੀਜ਼ਲ ਦਾ ਰੇਟ 55 ਰੁਪਏ 48 ਪੈਸੇ ਸੀ, ਅੱਜ ਉਹ 87 ਰੁਪਏ 11 ਪੈਸੇ ਹੈ, ਅਤੇ ਤੁਹਾਨੂੰ ਡੀਜ਼ਲ ਦੀ 30 ਲੱਖ ਕਰੋੜ ਰੁਪਈਏ ਦੀ ਪਿਛਲੇ 10 ਸਾਲਾਂ 'ਚ ਆਮਦਨ ਹੋਈ ਡੀਜ਼ਲ ਔਰ ਪੈਟਰੋਲ ਦੇ ਉੱਤੋਂ, ਜਿਹੜੇ ਟੈਕਸਿਸ ਦੀ ਏਡੀ ਵੱਡੀ ਤੁਸੀਂ ਕਮਾਈ ਕੀਤੀ। ਕਿਸਾਨਾਂ ਨੂੰ ਉਹਦੇ 'ਚੋਂ ਕੀ ਦਿੱਤਾ? 60% ਇਨਕਰੀਜ਼ ਹੈ। ਜਿਹੜਾ ਉਸ ਵੇਲੇ ਟਰੈਕਟਰ ਜਿਹੜਾ ਸੀ 3.5 ਲੱਖ ਦਾ ਸੀ,
ਅੱਜ ਉਹੀ ਟਰੈਕਟਰ 7,84,400 ਰੁਪਏ ਦਾ, 125% ਇਨਕਰੀਜ਼ ਹੈ। ਤੇ ਇਹਨਾਂ ਦਾ ਜ਼ਿਕਰ ਜਾਖੜ ਸਾਹਿਬ ਨੇ ਬਿਲਕੁਲ ਨਹੀਂ ਕੀਤਾ। ਉਹਨਾਂ ਨੇ ਇਹ ਵੀ ਜ਼ਿਕਰ ਨਹੀਂ ਕੀਤਾ ਬਈ ਉਹਨਾਂ ਦੀ ਪਾਰਟੀ ਨੇ ਜਦੋਂ ਭਾਜਪਾ ਦੇ ਆਉਣ ਤੋਂ ਪਹਿਲਾਂ ਕੋਈ ਟੈਕਸ ਨਹੀਂ ਸੀ ਹੁੰਦਾ ਐਗਰੀਕਲਚਰ ਇਨਪੁੱਟਸ ਦੇ ਉੱਤੇ, ਉਹਨਾਂ ਨੇ ਪਹਿਲਾਂ 18% GST ਲਾਇਆ, ਹੁਣ 28% ਹੈ। ਇਹਦਾ ਜ਼ਿਕਰ ਕਿਉਂ ਨਹੀਂ ਕੀਤਾ ਉਹਨਾਂ ਨੇ? ਅੱਜ ਵੀ ਸੁਨੀਲ ਜਾਖੜ ਨਾਲ ਗੱਲਬਾਤ ਹੋਈ, ਉਹ ਕਹਿੰਦੇ ਕਿ ਕਿਸਾਨ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ, ਗਲੇ 'ਚ ਹਰਾ ਪਰਨਾ ਪਾ ਕੇ ਕੋਈ ਕਾਨੂੰਨ ਤੋਂ ਵੱਡਾ ਨਹੀਂ ਹੋ ਜਾਂਦਾ। ਮੈਨੂੰ ਇਹ ਲੱਗਦਾ ਵੀ ਉਹ, ਹੁਣ ਮੈਂ ਪਹਿਲਾਂ ਵੀ ਮੈਂ ਕਹਿ ਚੁੱਕਾ ਵੀ ਕੀ ਕਹਾਂ ਜਾਖੜ ਸਾਹਿਬ ਵਾਸਤੇ, ਉਹ ਤਾਜ਼ੇ ਹੁਣ ਭਾਜਪਾ ਹੀ ਬਣੇ ਨੇ, ਉਹਨਾਂ ਨੂੰ ਬੋਲੀ ਉਹਨਾਂ ਦੀ ਬੋਲਣੀ ਪੈ ਰਹੀ ਹੈ। ਜਿਹੜੀ ਖਾਨਦਾਨੀ ਬੋਲੀ ਉਹਨਾਂ ਦੀ ਸੀ ਕਾਂਗਰਸੀਆਂ ਵਾਲੀ ਸੀ, ਪਿਓ ਵੀ ਕਾਂਗਰਸ, ਉਹ ਵੀ ਕਾਂਗਰਸ, ਗਾਂ ਭਤੀਜਾ ਵੀ ਕਾਂਗਰਸ, ਇੱਕਦਮ ਉਹ ਸ਼ਿਫਟ ਕਰ ਗਏ ਲੋਇਲਟੀ। ਅਤੇ ਫਿਰ ਉਹਨਾਂ ਨੂੰ ਹੁਣ ਉਹਨਾਂ ਦੀ ਬੋਲੀ ਬੋਲਣ ਵਾਸਤੇ ਜਿਹੜਾ ਤਾਜ਼ਾ ਮੁਸਲਮਾਨ ਬਣਦਾ ਉਹ ਫਿਰ ਬਹੁਤ ਉੱਚੀਆਂ ਵਾਂਗਾਂ ਦਿੰਦਾ ਹੈ। ਰਾਜੇਵਾਲ ਸਾਹਿਬ, 10 ਕਰੋੜ ਦੇ ਇਲਜ਼ਾਮ 'ਤੇ ਵੀ ਉਹਨਾਂ ਨੇ ਕਿਹਾ ਕਿ ਜੇ ਕਿਸਾਨਾਂ ਨੂੰ 10 ਕਰੋੜ ਜਿਹੜਾ ਕੋਈ ਦੇ ਦਿੰਦਾ ਤਾਂ ਕਿਸਾਨ ਧਰਨੇ 'ਤੇ ਨਹੀਂ ਬਹਿਣ, ਇਹ ਵੀ ਕੋਈ ਗੱਲ ਜਿਹੜੀ ਹੈਗੀ ਨਹੀਂ? ਇਹ ਮੈਨੂੰ ਨਹੀਂ ਸਮਝ ਆਈ ਜਾਖੜ ਸਾਹਿਬ ਕਿੱਥੋਂ ਬੋਲਦੇ ਨੇ। ਅਸਲ ਗੱਲ ਇਹ ਆ ਵੀ ਪੋਲੀਟੀਕਲ ਲੋਕਾਂ ਦਾ ਕੰਮ ਹੋ ਗਿਆ ਪੈਸੇ ਬਣਾਉਣਾ, ਸੌਣ ਦੇ ਇਹਨਾਂ ਨੂੰ ਸਾਰੇ ਪਾਸੇ ਹਰਾ ਹੀ ਹਰਾ ਦਿੰਦਾ, ਇਹ ਆਪ ਜੋ ਪੈਸੇ ਲੈਣ ਗਿੱਜੇ ਨੇ, ਇਹਨਾਂ ਨੂੰ ਸਾਰੇ ਹੀ ਲੱਗਦੇ ਨੇ ਸਾਡੇ ਵਰਗੇ ਹੀ ਨੇ। ਸਾਡੀ ਇੱਦਾਂ ਦੀ ਕੋਈ ਮਨਸ਼ਾ ਨਹੀਂ, ਅਸੀਂ ਅੰਦੋਲਨ ਹਮੇਸ਼ਾ ਕਰਦੇ ਰਹੇ ਹਾਂ, 53 ਸਾਲ ਹੋ ਗਏ ਅੰਦੋਲਨ ਲੜਦਿਆਂ ਨੂੰ, ਔਰ ਸਾਰੇ ਅੰਦੋਲਨ ਸਫਲਤਾ ਨਾਲ ਲੜੇ ਨੇ, ਕਦੇ ਵਾਇਲੈਂਟ ਨਹੀਂ ਹੋਏ, ਟਰੈਕ ਰਿਕਾਰਡ ਹੈ। ਅਤੇ ਜਾਖੜ ਸਾਹਿਬ ਤਾਂ ਉਦੋਂ ਛੋਟੇ ਜਿਹੇ ਹੁੰਦੇ ਸੀ, ਵੱਡੇ ਜਾਖੜ ਸਾਹਿਬ ਵੇਲੇ ਵੀ ਅਸੀਂ ਅੰਦੋਲਨ ਕਰਦੇ ਰਹੇ ਹਾਂ, ਅਤੇ ਅੱਜ ਸਾਡੇ ਤੇ ਇਲਜ਼ਾਮ ਲਾਉਣਗੇ ਜਿਹੜੇ ਖੁਦ ਪੈਸੇ ਇਕੱਠੇ ਕਰਦੇ ਆ। ਬਿਲਕੁਲ ਰਾਜੇਵਾਲ ਸਾਹਿਬ, ਇੱਕ ਗੱਲ ਹੋਰ, ਜਿੱਦਾਂ ਹਾਲਾਂਕਿ ਤੁਸੀਂ ਪਹਿਲਾਂ ਵੀ ਸਪਸ਼ਟੀਕਰਨ ਦੇ ਚੁੱਕੇ ਹੋ, ਜਾਖੜ ਸਾਹਿਬ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਦਾ ਵਿਰੋਧ ਕਰਨ ਕਿਸਾਨ, ਵਪਾਰੀਆਂ ਨਾਲ ਨਾ ਤੁਸੀਂ ਝਗੜੋ, ਵਪਾਰੀਆਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ 2 ਦਿਨ ਪਹਿਲਾਂ? ਨਾ, ਸਾਡਾ ਕੋਈ ਵਪਾਰੀਆਂ ਨਾਲ ਝਗੜਾ ਹੈ, ਨਾ ਅਸੀਂ ਰੌਲਾ ਪਾਉਂਦੇ ਹਾਂ। ਇਹ ਕੋਸ਼ਿਸ਼ ਕਰਦੇ ਨੇ ਵੀ ਉਹਨੂੰ ਵਪਾਰੀ ਔਰ ਕਿਸਾਨਾਂ ਦਾ ਝਗੜਾ ਜਿੱਦਾਂ ਹੁੰਦਾ ਇੱਦਾਂ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ, ਨਾ ਪਹਿਲਾਂ ਸੀ, ਨਾ ਹੈ, ਨਾ ਅੱਗੇ ਹੋਏਗਾ। ਆਉਣ ਵਾਲੇ ਸਮੇਂ 'ਚ ਜਿਹੜੇ PM ਨੇ, ਪ੍ਰਾਈਮ ਮਿਨਿਸਟਰ, ਉਹ ਵੀ ਪੰਜਾਬ ਆ ਰਹੇ ਨੇ, ਹੋਰ ਵੀ ਜਿਹੜੇ ਹੋਮ ਮਿਨਿਸਟਰ, ਹੋਰ ਵੀ ਕਈ ਆ ਰਹੇ ਨੇ, ਕਿਸਾਨਾਂ ਦਾ ਕਿਸ ਤਰ੍ਹਾਂ ਦਾ ਰੋਡ ਮੈਪ ਤਿਆਰ ਕੀਤਾ? ਦੇਖੋ, ਡੈਮੋਕ੍ਰੇਸੀ 'ਚ ਲੋਕਾਂ ਨੇ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ, ਉਹਨਾਂ ਦਾ ਅਧਿਕਾਰ ਹੈ ਵੀ ਉਹਨਾਂ 'ਤੇ ਸਵਾਲ ਕਰਨ, ਉਹਨਾਂ ਨੂੰ ਜਾਣਨ ਵੀ ਇਹ ਕਿੰਨੇ ਕੁ ਪਾਣੀ 'ਚ ਹੈ, ਇਹ ਸਾਡੀ ਲੜਾਈ ਲੜੇਗਾ ਕਿ ਨਹੀਂ। ਅਸੀਂ ਪ੍ਰਧਾਨ ਮੰਤਰੀ, ਹੋਮ ਮਿਨਿਸਟਰ ਇੱਥੇ ਆਉਣਗੇ, ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ ਵੀ ਅਸੀਂ ਤੁਹਾਨੂੰ ਵੋਟ ਕਿਉਂ ਕਰੀਏ, ਪਹਿਲਾਂ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਦਿਓ, ਕਰਾਂਗੇ ਉਹਨਾਂ ਨੂੰ ਵੀ ਸਵਾਲ। 21 ਮਈ ਨੂੰ ਜਿਹੜਾ ਇਕੱਠ ਜਿਹੜਾ ਜਗਰਾਓ ਕੀਤਾ ਜਾ ਰਿਹਾ, 21 ਮਈ ਨੂੰ ਜਗਰਾਓ 'ਚ ਇਹੀ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਤਿਆਰੀ ਹੋ ਰਹੀ ਹੈ ਬੀਜੇਪੀ ਦੇ ਵਿਰੋਧ 'ਚ, ਵੀ ਬੀਜੇਪੀ ਐਸੀ ਜਮਾਤ ਹੋ ਗਈ ਜਿਹੜੀ ਜਿਹਦੀਆਂ ਨੀਤੀਆਂ, ਜਿਹਦਾ ਸੁਭਾਅ ਤਾਨਾਸ਼ਾਹੀ ਹੈ, ਇਹਦਾ ਦੇਸ਼ ਵਿੱਚ ਦੁਬਾਰਾ ਤਾਕਤ 'ਚ ਆਉਣਾ ਲੋਕਾਂ ਦੇ ਹਿੱਤ ਵਿੱਚ ਨਹੀਂ, ਇਹਦੇ ਵਿਰੋਧ 'ਚ ਉੱਥੇ ਹੋਏਗੀ। ਬਿਲਕੁਲ, ਬਲਵੀਰ ਸਿੰਘ ਰਾਜੇਵਾਲ ਵੱਲੋਂ ਜਾਣਕਾਰੀ ਦਿੱਤੀ ਗਈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਪ੍ਰਾਈਮ ਮਿਨਿਸਟਰ ਪਹੁੰਚ ਰਹੇ ਨੇ, ਹੋਮ ਮਿਨਿਸਟਰ ਪੰਜਾਬ 'ਚ ਪਹੁੰਚ ਰਹੇ ਨੇ, ਉਹਨਾਂ 'ਤੇ ਵੀ ਪੀਸਫੁਲ ਪ੍ਰੋਟੈਸਟ ਕੀਤਾ ਜਾਏਗਾ, ਉਹਨਾਂ ਤੋਂ ਵੀ ਸਵਾਲ ਕੀਤਾ ਜਾਏਗਾ। ਦੂਜੇ ਪਾਸੇ ਸੁਨੀਲ ਜਾਖੜ 'ਤੇ ਵੀ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕਿ ਸਾਡਾ ਕਿਸੇ ਤਰ੍ਹਾਂ ਦਾ ਕੋਈ ਪੈਸੇ ਦਾ ਲੈਣ ਦੇਣ ਕਿਸੇ ਤਰ੍ਹਾਂ ਦਾ ਨਹੀਂ ਹੈ, ਜਾਂ ਫਿਰ ਕਿਸੇ ਨੂੰ ਵੀ ਸਾਡਾ ਮਕਸਦ ਨਹੀਂ ਹੈ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ। ਹਾਲਾਂਕਿ ਇਲੈਕਸ਼ਨ ਮੋਡ ਚੱਲ ਰਿਹਾ, ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ, ਕਿਉਂਕਿ 21 ਮਈ ਨੂੰ ਜਗਰਾਓ ਦੇ ਵਿੱਚ ਵੀ ਕਾਫੀ ਘੱਟ ਵੱਡਾ ਜਿਹੜਾ ਹੈਗਾ ਉਹਦਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨੂੰ ਜਟੀਨ।